ਤੇਰਾ ਕੀ ਹੋ ਗਿਆ? ਪਹਿਲਾਂ ਤਾਂ ਐਂ ਕੀਤਾ ਸੀ ਨਾ, ਮੁੜ ਕੇ ਤਾਂ ਐਂ ਕੀਤਾ ਨਾ। ਉਸਤਾਦ ਤੇਜ਼ ਨਾ ਬਣੀ, ਤੇਜ਼ ਮੈਂ ਵੀ ਬਹੁਤ ਹਾਂ, ਤੇ ਤੂੰ 8 ਸਾਲ ਛੋਟਾ ਹੋਊਗਾ। ਉਸਤਾਦ ਜੀ ਐਂ ਨਹੀਂ ਕਰਨਾ, ਇੱਥੋਂ ਹੀ ਗਿਆ ਮੈਂ ਕੈਨੇਡਾ ਦੁਨੀਆ। ਵੀਰ ਐਂ ਨਹੀਂ ਕਰਨਾ ਮੇਰਾ ਵੀਰ, ਮੈਂ ਤੈਨੂੰ ਇੱਜ਼ਤ ਦੇ ਰਿਹਾ, ਤੂੰ ਮੈਨੂੰ ਇੱਜ਼ਤ ਦੇ। ਜੇ ਤੂੰ ਨਹੀਂ ਦੇਣੀ ਜੁਰਮਾਨਾ ਪਿੱਛੇ ਲੈ ਜਾਣਾ ਨਾਲ। ਆ ਜਾਓ ਆ ਜਾਓ ਬਈ। ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੀ ਵੀਡੀਓ ਵੱਲ ਵਧਣ ਤੋਂ ਪਹਿਲਾਂ ਅਨਲਿਮਿਟਡ ਗਿਆਨ ਦੀ ਪੂਰੀ ਟੀਮ ਵੱਲੋਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਨਵਾਂ ਸਾਲ 2020 ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਅਤੇ ਕਾਮਯਾਬੀ ਲੈ ਕੇ ਆਵੇ ਅਤੇ ਤੁਹਾਡਾ ਹਰ ਇੱਕ ਸੁਪਨਾ ਪੂਰਾ ਹੋਵੇ ਇਸ ਨਵੇਂ ਸਾਲ ਦੇ ਵਿੱਚ। ਸੋ ਇਸੇ ਮਨੋਕਾਮਨਾ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਉਸ ਦੇ ਨਾਲ ਹੀ ਸਾਰੇ ਦੋਸਤਾਂ ਨੂੰ ਇੱਕ ਛੋਟੀ ਜਿਹੀ ਰਿਕੁਐਸਟ ਵੀ ਕਰਨੀ ਚਾਹਾਂਗੇ ਕਿ ਜਿਹੜੇ ਦੋਸਤ ਨਵੇਂ ਹਨ, ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵੱਲ ਜ਼ਰੂਰ ਔਨ ਕਰ ਲਓ ਤਾਂ ਕਿ ਇੰਡਸਟਰੀ ਦੀ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸੋ ਆਓ ਹੁਣ ਵੱਧਦੇ ਹਾਂ ਅੱਜ ਦੇ ਅਪਡੇਟ ਵੱਲ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ੍ਹ 31 ਦਸੰਬਰ ਸੀ ਅਤੇ 31 ਦਸੰਬਰ ਨੂੰ ਸਾਰੇ ਸੈਲੀਬ੍ਰਿਟੀਜ਼ ਨੇ ਇੰਜੋਏ ਕੀਤਾ ਆਪਣੇ ਫੈਨਸ ਦੇ ਨਾਲ, ਕਿਉਂਕਿ ਉਹਨਾਂ ਦੇ ਹਰ ਇੱਕ ਦਾ ਲਾਈਵ ਸ਼ੋਅ ਸੀ ਹਰ ਇੱਕ ਅਲੱਗ ਅਲੱਗ ਜਗ੍ਹਾ 'ਤੇ। ਇਸੇ ਤਰ੍ਹਾਂ ਹੀ ਕਰਨ ਔਜਲਾ ਦਾ ਲਾਈਵ ਸ਼ੋਅ ਸੀ ਚੰਡੀਗੜ੍ਹ ਵਿਖੇ, ਪਰ ਇਸ ਲਾਈਵ ਸ਼ੋਅ ਦੇ ਵਿੱਚ ਇੱਕ ਅਜਿਹੀ ਘਟਨਾ ਹੋ ਗਈ ਜਿਸ ਨੇ ਇਸ ਠੰਡ ਦੇ ਮੌਸਮ ਦੇ ਵਿੱਚ ਵੀ ਪੂਰਾ ਮਾਹੌਲ ਗਰਮਾ ਦਿੱਤਾ। ਅਸਲ ਦੇ ਵਿੱਚ ਇੱਕ ਸਰੋਤਾ ਕਰਨ ਔਜਲੇ ਨੂੰ ਜਦੋਂ ਉਹ ਸਟੇਜ 'ਤੇ ਪਰਫੋਰਮ ਕਰ ਰਹੇ ਸਨ ਤਾਂ ਬਹੁਤ ਹੀ ਭੱਦੇ ਇਸ਼ਾਰੇ ਕਰਨ ਲੱਗਾ, ਜਿਸ ਦੇ ਵਿੱਚ ਉਹਨਾਂ ਨੇ ਕਰਨ ਔਜਲਾ ਨੂੰ ਕਈ ਵਾਰ ਮਿਡਲ ਫਿੰਗਰ ਵੀ ਦਿਖਾਈ। ਜਿਸ ਤੋਂ ਬਾਅਦ ਕਰਨ ਔਜਲਾ ਨੇ ਇੱਕ ਦੋ ਵਾਰ ਉਸ ਮੁੰਡੇ ਨੂੰ ਇਗਨੋਰ ਕੀਤਾ, ਪਰ ਜਦੋਂ ਉਹ ਨਾ ਹਟਿਆ ਤਾਂ ਕਰਨ ਔਜਲਾ ਨੇ ਸਟੇਜ ਤੋਂ ਹੀ ਉਸਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਉਹ ਕੈਨੇਡੀਅਨ ਨਹੀਂ ਹੈ, ਪੰਜਾਬ ਤੋਂ ਹੀ ਗਿਆ ਅਤੇ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਜਾਣਦਾ ਹੈ। ਪੂਰੀ ਘਟਨਾ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ। ਉਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਇਸ ਲਾਈਵ ਸ਼ੋਅ ਦੇ ਵਿੱਚ ਮੌਜੂਦ ਕੁਝ ਲੋਕਾਂ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸਲ ਦੇ ਵਿੱਚ ਜਿਹੜਾ ਇਹ ਮੁੰਡਾ ਸੀ ਇਹ ਸਿੱਧੂ ਮੂਸੇਵਾਲੇ ਦਾ ਫੈਨ ਸੀ। ਹੁਣ ਦੋਸਤੋ, ਇੱਥੇ ਸਿੱਧੂ ਮੂਸੇਵਾਲੇ ਦਾ ਫੈਨ ਸੀ ਇਸਨੇ ਤਾਂ ਇਹ ਕੀਤਾ, ਜਾਂ ਫਿਰ 31 ਦਸੰਬਰ ਦੀ ਖੁਸ਼ੀ ਦੇ ਵਿੱਚ ਇਹ ਕੁਝ ਅਜਿਹਾ ਕਰ ਗਿਆ ਕਿ ਜਿਸ ਕਰਕੇ ਉਹਨੂੰ ਆਪਣੇ ਆਪ ਦੀ ਹੋਸ਼ ਵੀ ਨਹੀਂ ਸੀ? ਇਹ ਤਾਂ ਹੁਣ ਉਹ ਮੁੰਡਾ ਹੀ ਦੱਸ ਸਕਦਾ ਹੈ। ਬਾਕੀ ਤੁਹਾਡੇ ਇਸ ਸਾਰੇ ਮਸਲੇ ਬਾਰੇ ਕੀ ਕਹਿਣਾ ਕਿ ਇਸ ਤਰ੍ਹਾਂ ਕਿਸੇ ਕਲਾਕਾਰ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀਆਂ ਜੋ ਹਰਕਤਾਂ ਕਰਨੀਆਂ ਉਹ ਸਹੀ ਹੈ ਜਾਂ ਫਿਰ ਗਲਤ? ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਆਓ ਜਾਂਦੇ ਜਾਂਦੇ ਹੁਣ ਝਲਕ ਮਾਰੀਏ ਕਰਨ ਔਜਲਾ ਦੀ ਇਸ ਲਾਈਵ ਵੀਡੀਓ 'ਤੇ। ਕੀ ਹੋ ਗਿਆ? ਪਹਿਲਾਂ ਤਾਂ ਐਂ ਕੀਤਾ ਸੀ ਨਾ, ਮੁੜ ਕੇ ਤਾਂ ਐਂ ਕੀਤਾ ਨਾ। ਉਸਤਾਦ ਤੇਜ਼ ਨਾ ਬਣੀ, ਤੇਜ਼ ਮੈਂ ਵੀ ਬਹੁਤ ਹਾਂ, ਤੇ ਤੂੰ 8 ਸਾਲ ਛੋਟਾ ਹੋਊਗਾ। ਉਸਤਾਦ ਜੀ ਐਂ ਨਹੀਂ ਕਰਨਾ, ਇੱਥੋਂ ਹੀ ਗਿਆ ਮੈਂ ਕੈਨੇਡਾ ਦੁਨੀਆ। ਵੀਰ ਐਂ ਨਹੀਂ ਕਰਨਾ ਮੇਰਾ ਵੀਰ, ਮੈਂ ਤੈਨੂੰ ਇੱਜ਼ਤ ਦੇ ਰਿਹਾ, ਤੂੰ ਮੈਨੂੰ ਇੱਜ਼ਤ ਦੇ। ਜੇ ਤੂੰ ਨਹੀਂ ਦੇਣੀ ਜੁਰਮਾਨਾ ਪਿੱਛੇ ਲੈ ਜਾਣਾ ਨਾਲ। ਲਵ ਯੂ ਆ ਭਰਾ ਤੇਰੇ ਨਾਲ, ਠੀਕ ਹੈ ਨਾ ਬਈ? ਦਿਖਾਓ।